ਅਬੋਹਰ ਦੇ BDPO ਦਫ਼ਤਰ 'ਚ ਕੋਵਿਡ 19 ਦੌਰਾਨ ਲੋਕਾਂ 'ਚ ਵੰਡਣ ਲਈ ਆਈਆਂ ਰਾਸ਼ਨ ਕਿੱਟਾਂ ਦੇ ਪਏ ਹੋਣ ਅਤੇ ਉਹਨਾਂ ਦੇ ਖਰਾਬ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਬੇਸ਼ੱਕ ADC ਨਵਲ ਕੁਮਾਰ ਨੂੰ ਜਾਂਚ ਦਾ ਜ਼ਿੰਮਾ ਸੌਂਪਿਆ ਅਤੇ 3 ਦਿਨਾਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਦੇਣ ਨੂੰ ਕਿਹਾ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਅਬੋਹਰ ਦੇ SDM ਜਸਪਾਲ ਸਿੰਘ ਬਰਾੜ ਜਦੋਂ ਕਿੱਟਾਂ ਵਾਲੀ ਥਾਂ ਦਾ ਨਿਰੀਖਣ ਕਰਨ ਪਹੁੰਚੇ ਤਾਂ ਉਹਨਾਂ ਨੂੰ ਬੜੀ ਹੈਰਾਨੀ ਅਤੇ ਚੰਬਾ ਹੋਇਆ ਕਿ ਰਾਸ਼ਨ ਕਿੱਟਾਂ ਦੇ ਢੇਰ ਵਿੱਚੋਂ ਵੱਡੀ ਮਾਤਰਾ 'ਚ ਕਿੱਟਾਂ ਗਾਇਬ ਸਨ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਸੰਬੰਧਿਤ BDPO ਨਿਰਮਲ ਸਿੰਘ ਵੱਲੋਂ ਇਹਨਾਂ ਕਿੱਟਾਂ ਨੂੰ ਖੁਰਦ ਬੁਰਦ ਕਰਵਾਇਆ ਗਿਆ ਹੋ ਸਕਦਾ, ਕਿਉਂਕਿ ਰਾਸ਼ਨ ਕਿੱਟਾਂ ਦੀ ਵੰਡਣ ਦੀ ਜ਼ਿੰਮੇਵਾਰੀ BDPO ਦੀ ਸੀ, ਪਰ ਉਹ ਇਸ ਨੂੰ ਅੰਜਾਮ ਨਹੀਂ ਦੇ ਸਕੇ। ਇਸ ਪੂਰੇ ਮਾਮਲੇ 'ਚ SDM ਜਸਪਾਲ ਸਿੰਘ ਦਾ ਕਹਿਣਾ ਹੈ ਕਿ ਕੋਵਿਡ-19 ਦੌਰਾਨ ਸਰਕਾਰ ਵੱਲੋਂ ਭੇਜੀਆਂ ਗਈਆਂ ਰਾਸ਼ਨ ਕਿੱਟਾਂ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਲਈ DC ਅਤੇ ਉਹਨਾਂ ਨੂੰ ਕਿਹਾ ਸੀ, ਪਰ ਵਾਰ-ਵਾਰ ਇਸ ਸੰਬੰਧੀ ਰਿਪੋਰਟ ਮੰਗਣ ਦੇ ਬਾਵਜੂਦ BDPO ਨਿਰਮਲ ਸਿੰਘ ਵੱਲੋਂ ਰਿਪੋਰਟ ਨਹੀਂ ਦਿੱਤੀ ਗਈ ਅਤੇ ਕਿਹਾ ਜਾਂਦਾ ਸੀ ਕਿ ਸਾਰਾ ਰਾਸ਼ਨ ਵੰਡਿਆ ਗਿਆ ਅਤੇ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਇੱਥੋਂ ਰਾਸ਼ਨ ਕਿੱਟਾਂ ਨੂੰ ਚੁਕਵਾਉਣ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਹੈ ਅਤੇ ਸੰਬੰਧਿਤ BDPO ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਸਰਕਾਰ ਵੱਲੋਂ ਇਹ ਜਿਹੜੀਆਂ ਲੋੜਵੰਦਾਂ ਨੂੰ ਕਿੱਟਾਂ ਜਿਹੜੀਆਂ ਅਸੀਂ ਦੇਣ ਲਈ ਆਈਆਂ ਸੀ, ਇਹ BDPO ਅਬੋਹਰ ਨੂੰ ਹੈਂਡਓਵਰ ਇਹਨੇ ਸਿੱਧਾ ਫੂਡ ਸਪਲਾਈ ਤੋਂ ਹੋਈਆਂ ਸੀ ਅਤੇ ਇਹਦੀ ਇਹ ਜ਼ਿੰਮੇਵਾਰੀ DC ਸਾਹਿਬ ਨੇ ਵੀ ਲਾਈ ਸੀ। ਮੈਂ ਵੀ ਇਹਨੂੰ ਬਕਾਇਦਾ ਆਖਿਆ ਸੀ ਕਿ ਸਾਰੀਆਂ ਕਿੱਟਾਂ ਜੋ ਵੀ ਤੁਹਾਡੇ ਪਿੰਡ ਵਾਈਜ਼ ਲੋੜਵੰਦਾਂ ਨੂੰ ਵੰਡ ਕੇ ਰਿਪੋਰਟ ਬਣਾ ਕੇ ਭੇਜੋ। ਮੈਂ ਇਹਨੂੰ 3-4 ਰਿਮਾਈਂਡਰ ਵੀ ਕੱਢਤੇ ਰਿਪੋਰਟ ਦੇ, ਇਹ ਕੋਈ ਦਫ਼ਤਰੀ ਕੰਮ ਦਾ ਬਹਾਨਾ ਬਣਾ ਕੇ ਕਹਿ ਦਿੰਦਾ ਸੀ ਮੈਂ ਭੇਜ ਦਿੰਦਾ ਅਤੇ ਨਾਲੇ ਕਹਿ ਦਿੰਦਾ ਸੀ ਜੀ ਸਾਰਾ ਰਾਸ਼ਨ ਵੰਡਿਆ ਗਿਆ। ਚਲੋ ਇੱਕ ਆਫਿਸਰ ਹੈ ਵੀ ਉਹਨੇ ਕੰਮ ਕੀਤਾ ਨਾ, ਗੁੱਡ ਫੇਸ ਸੀ ਉਹਦੇ 'ਤੇ ਵੀ ਉਹਨੇ ਕੰਮ ਕਰਤਾ ਹੋਣਾ, ਪਰ ਜਦੋਂ ਤੁਹਾਡੇ ਚੈਨਲ ਨੇ ਧਿਆਨ ਦੇ ਵਿੱਚ ਲਿਆਂਦਾ ਉਸ ਤੋਂ ਬਾਅਦ ਜਿਹੜੀ ਸਾਰੀ ਕਾਰਵਾਈ ਰੰਭੇਗੀ। DC ਸਾਹਿਬ ਨੇ ਸਾਡੇ AD ਸਾਹਿਬ ਨੂੰ ਜਿਹੜਾ 48 ਅਫਸਰ ਅਪੁਆਇੰਟ ਕਰਤਾ, ਉਹ 2-4 ਦਿਨ ਦੇ ਵਿੱਚ ਆਪਣੀ ਰਿਪੋਰਟ ਦੇ ਦੇਣਗੇ। ਮੈਂ ਅੱਜ ਆ ਕੇ ਦੇਖਿਆ ਇਹ ਜੋ ਹੈ ਇਹ ਸਰਕਾਰ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਅਤੇ ਕੰਸਰਨ ਜਿਹੜਾ BDO ਵਿਰੁੱਧ ਬਣਦੀ ਕਾਰਵਾਈ ਕੀਤੀ ਜਾਊਗੀ। ਦੇਸ਼ ਦੁਨੀਆ 'ਤੇ ਕੋਰੋਨਾ ਮਹਾਂਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ TV ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ ਕਸਬਾ ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ TV ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ, ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ TV ਦੇ ਨਾਲ।